ਨੌਜਵਾਨ ਜਿਹੜਾ ਪਿੰਡ ਮੱਲਣ ਦਾ, ਜਿਸ ਦਾ ਨਾਮ ਬਲਵਿੰਦਰ ਸਿੰਘ ਹੈ, ਤੇ ਅਜਿਹੀ ਇੱਕ ਘਟਨਾ ਵਾਪਰੀ ਗਈ ਜਿਹੜੀ ਕਿ ਉਸਨੂੰ 7 ਸਾਲ ਤੋਂ ਜਿਹੜਾ ਉਹ ਸਾਊਦੀ ਅਰਬ ਦੀ ਜੇਲ੍ਹ ਵਿੱਚ ਇਸ ਵਕਤ ਬੰਦ ਹੈ। ਉਹਨਾਂ ਦੇ ਘਰ ਦੇ ਹਾਲਾਤ ਵੀ ਵੇਖੇ, ਸਾਰਾ ਕੁਛ ਬਹੁਤ ਜ਼ਿਆਦਾ ਗੰਭੀਰ ਆ ਭਾਜੀ, ਤੁਹਾਨੂੰ ਜੇ ਬੋਲਣਾ ਚਾਹੀਏ ਤਾਂ ਕੁਛ ਸ਼ਬਦ ਵੀ ਨਹੀਂ ਹੈਗੇ। ਔਰ ਇਹ ਜਿਹੜਾ ਨੌਜਵਾਨ ਸੀ ਉਹ ਸੁਲਝਿਆ ਹੋਇਆ ਨੌਜਵਾਨ ਸੀ, ਬਸ ਇਹਨੂੰ ਕਿਤੇ ਸੱਟ ਲੱਗੀ ਹੈ, ਕਿਤੇ ਡਿੱਗ ਪਿਆ, ਕਿਉਂਕਿ ਵਰਕਸ਼ਾਪ ਵੀ ਉੱਥੇ ਸਮਾਨ ਸਮੂਨ ਕਾਫੀ ਪਿਆ ਹੁੰਦਾ ਵਰਕਸ਼ਾਪ ਦੇ ਵਿੱਚ, ਲੋਹੇ ਲਾਏ ਦਾ। ਪੁਲਿਸ ਆਈ ਹੈ, ਪੁਲਿਸ ਵਾਲੇ ਇਹਨਾਂ ਨੂੰ ਫੜ ਕੇ ਰਹਿ ਗਏ, 5 ਨੌਜਵਾਨ ਸੀ ਪੰਜਾਬੀ ਉੱਤੇ। ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹਨੂੰ ਛੱਡਿਆ ਨਹੀਂ ਗਿਆ, ਉਹਨਾਂ ਨੇ ਸਿਰ ਕਲਮ ਕਰਦਾ ਵੀ ਯਾਨੀ ਕਿ ਹੁਕਮ ਦਿੱਤਾ ਹੈ, ਤੇ ਜਾਂ ਉਹਨਾਂ ਕਿਹਾ ਕਿ ਜਾਂ ਇਹਦੀ ਜੋ ਬਲੱਡ ਮਨੀ ਹੈ ਉਹ 90 ਲੱਖ ਰੁਪਈਆ ਯਾਨੀ ਕਿ ਉਹਨਾਂ ਮੰਗੀ ਹੈ। ਤੋ ਇਹਨੂੰ ਵਿਦੇਸ਼ ਭੇਜਿਆ, ਆਪਣੀ ਜ਼ਮੀਨ ਜਾਇਦਾਦ ਸਾਰਾ ਕੁਛ ਗਹਿਣੇ ਕਰ ਰੱਖ ਕੇ ਭੇਜਿਆ ਵਾ। ਸਰਕਾਰਾਂ ਵੱਲੋਂ ਕੋਈ ਮਦਦ ਕੀਤੀ ਗਈ ਹੈ? ਯਾਨੀ ਕਿ ਆਪਣੇ ਲੋਕਾਂ ਦੀ ਬਹੁਤ ਜ਼ਿਆਦਾ ਯਾਨੀ ਕਿ ਨਾਪਰਵਾਹ ਹੋਣ ਵਾਲੀ ਗੱਲ ਹੈ, ਲਾਪਰਵਾਹ ਨੇ। ਜੋ ਉਸ ਘਰ ਦੇ ਹਾਲਾਤ ਵੇਖੀਏ ਭਾਜੀ, ਉਹਦੇ ਹਿਸਾਬ ਨਾਲ ਤੇ ਵੇਖ ਕੇ ਰੋਣਾ ਹੀ ਆਉਂਦਾ ਭਾਜੀ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਵਿਦੇਸ਼ਾਂ ਨੂੰ ਜਿਹੜੀ ਰੁੱਕ ਕਰੀ ਜਾਂਦੀ ਹੈ, ਕਿਉਂਕਿ ਇੱਥੇ ਜਿਹੜੇ ਹਾਲਾਤ ਇਸ ਤਰ੍ਹਾਂ ਦੇ ਨੇ ਵੀ ਇੱਥੇ ਜਿਹੜਾ ਰੁਜ਼ਗਾਰ ਨਹੀਂ ਹੈਗਾ, ਕਿਉਂਕਿ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰਨਾ ਕਿਹੜਾ ਕਾਫੀ ਇੱਥੇ ਔਖਾ ਆ। ਅਜਿਹਾ ਇੱਕ ਨੌਜਵਾਨ ਜਿਹੜਾ ਪਿੰਡ ਮੱਲਣ ਦਾ, ਜਿਸ ਦਾ ਨਾਮ ਬਲਵਿੰਦਰ ਸਿੰਘ ਹੈ ਅਤੇ ਜ਼ਿਲ੍ਹਾ ਮੁਕਤਸਰ ਦਾ ਰਹਿਣ ਵਾਲਾ, ਜਿਹੜਾ ਕਿ ਸਾਊਦੀ ਅਰਬ ਵਿੱਚ 12 ਸਾਲ ਤੋਂ ਜਿਹੜਾ ਉੱਥੇ ਕੰਮ ਕਰ ਰਿਹਾ ਸੀ, ਅਤੇ ਅਜਿਹੀ ਇੱਕ ਘਟਨਾ ਵਾਪਰੀ ਗਈ ਜਿਹੜੀ ਕਿ ਉਸਨੂੰ 7 ਸਾਲ ਤੋਂ ਜਿਹੜਾ ਉਹ ਸਾਊਦੀ ਅਰਬ ਦੀ ਜੇਲ੍ਹ ਵਿੱਚ ਇਸ ਵਕਤ ਬੰਦ ਹੈ। ਸਾਡੇ ਨਾਲ ਗੱਲਬਾਤ ਕਰਨ ਨੇ, ਸਾਡੇ ਕੁਛ ਨੌਜਵਾਨ ਜਿਹੜੇ ਉਸ ਪਰਿਵਾਰ ਨੂੰ ਮਿਲ ਕੇ ਆਏ ਨੇ, ਗੱਲਬਾਤ ਕਰਨ ਨੇ ਵੀ ਕੀ ਗੱਲਬਾਤ ਹੋਈ, ਜਿਹੜੀ ਕੀ ਕਾਰਨ ਰਿਹਾ ਜਿਹੜਾ ਸਾਊਦੀ ਅਰਬ ਜਿਹੜਾ ਜੇਲ੍ਹ ਵਿੱਚ ਇਸ ਟਾਈਮ ਬੰਦ ਹੈ ਬਲਵਿੰਦਰ ਜੀ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਵੀਰ ਜੀ, ਅਸੀਂ ਕੱਲ੍ਹ ਗਏ ਹਾਂ ਉਹਨਾਂ ਦੇ ਘਰ ਵੀ ਹੋ ਕੇ ਆਏ ਹਾਂ, ਅਤੇ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦੀ ਬਜ਼ੁਰਗ ਮਾਤਾ ਵਾ ਜੋ ਕਿ ਬਹੁਤ ਹੀ ਜ਼ਿਆਦਾ ਹਲੇ ਬਿਮਾਰ ਆ, ਅਤੇ ਉਹਨਾਂ ਦੇ ਘਰ ਦੇ ਹਾਲਾਤ ਵੀ ਵੇਖੇ ਆ, ਸਾਰਾ ਕੁਛ ਬਹੁਤ ਜ਼ਿਆਦਾ ਗੰਭੀਰ ਆ ਭਾਜੀ, ਤੁਹਾਨੂੰ ਜੇ ਬੋਲਣਾ ਚਾਹੀਏ ਤਾਂ ਕੋਈ ਸ਼ਬਦ ਵੀ ਨਹੀਂ ਹੈਗੇ। ਲੜਕੇ ਦਾ ਨਾਮ ਬਲਵਿੰਦਰ ਸਿੰਘ ਜੀ, ਉਹ ਸਾਊਦੀ ਅਰਬ ਚ ਡਰਾਈਵਰੀ ਦਾ ਕੰਮ ਕਰਦਾ ਜੀ, ਉੱਥੇ ਕੋਈ ਰਮਕੋ ਆ ਪੈਟਰੋਮੀਨ ਦਾ ਕੰਮ ਕਰਦਾ ਸੀ, ਉਹਦੇ ਡਾਕੂਮੈਂਟ ਵੀ ਆਪਣੇ ਕੋਲ ਪੂਰੇ ਪਏ ਨੇ। ਉਹਨਾਂ ਦਾ ਕੋਈ ਨਾ ਉੱਥੇ ਵਰਕਸ਼ਾਪ ਦੇ ਵਿੱਚ ਕੋਈ ਫੋਰਮੈਨ ਸੀ ਜੋ ਕਿ ਮੁਸਲਿਮ ਧਰਮ ਦੇ ਨਾਲ ਰਿਲੇਟਡ ਸੀ, ਤੇ ਉਹ ਮਸਰ ਦਾ ਹੀ ਲੜਕਾ ਜਿਹੜਾ ਕਿ ਯਾਨੀ ਕਿ ਪੰਜਾਬੀ ਧਰਮ ਨੂੰ ਬਹੁਤ ਹੀ ਜ਼ਿਆਦਾ ਬੁਰਾ ਮੰਨਦਾ ਸੀ, ਪੰਜਾਬੀ ਜਿਹੜਾ ਵੀ ਕੋਈ ਪੰਜਾਬੀ ਉੱਥੇ ਜਾਂਦਾ ਜਾਂ ਕੰਮ ਕਰਾਉਣ ਜਾਂ ਕੋਈ ਵੀ ਗੱਲਬਾਤ ਕਰਨ ਜਾਂਦਾ ਔਰ ਉਹਨੂੰ ਯਾਨੀ ਕਿ ਬੁਰਾ ਭਲਾ ਕਹਿੰਦਾ, ਯਾਨੀ ਕਿ ਧਰਮ ਦੇ ਰਿਲੇਟਡ ਗੱਲਾਂ ਕਰਦਾ ਹੈ। ਔਰ ਇਹ ਜਿਹੜਾ ਨੌਜਵਾਨ ਸੀ ਉਹ ਸੁਲਝਿਆ ਹੋਇਆ ਨੌਜਵਾਨ ਸੀ, ਤੇ ਸਾਰਿਆਂ ਨੇ ਯਾਨੀ ਕਿ ਰਲ ਕੇ ਇਹਨਾਂ ਗੱਲਬਾਤ ਕੀਤੀ ਵੀ ਆਪਾਂ ਨੂੰ ਥੋੜ੍ਹਾ ਸਮਝਾਈਆ ਵੀ ਆਪਣੇ ਪੰਜਾਬੀਆਂ ਬਾਰੇ ਇੱਦਾਂ ਨਾ ਕਿਹਾ ਕਰ। ਔਰ ਉਹ ਜਦੋਂ ਨੌਜਵਾਨ ਆਇਆ ਉੱਥੇ, ਉਹਨੂੰ ਫਿਰ ਉਹਨਾਂ ਗੱਲਬਾਤ ਕੀਤੀ, ਉਹ ਗਏ ਨੇ ਉਹਦੇ ਨੌਜਵਾਨ ਦੇ ਕੋਲ, ਉਹ ਸਾਰੇ ਜਾਣੇ ਇਕੱਠੇ ਹੋ ਗਏ ਉਹ ਮਸਰੀ ਦੇ ਕੋਲ ਗਏ ਨੇ, ਤੇ ਉਹਨਾਂ ਮਸਰੀ ਦੇ ਨਾਲ ਗੱਲਬਾਤ ਕਰਨੀ ਚਾਹੀਏ, ਔਰ ਮਸਰੀ ਨੇ ਉਲਟਾ ਹੀ ਇੱਥੇ ਚਾਕੂ ਲੈ ਕੇ ਵਾਰ ਕਰ ਦਿੱਤਾ, ਚਾਕੂ ਦੇ ਨਾਲ ਵਾਰ ਕੀਤਾ, ਹਮਲਾ ਕੀਤਾ ਵਾ। ਜਦੋਂ ਬਸ ਆਪਣੇ ਆਪ ਨੂੰ ਬਚਾਉਂਦਿਆਂ ਉਹ ਹੱਥੋਂ ਪਾਈ ਹੋਏ ਨੇ ਥੋੜ੍ਹਾ, ਫਿਰ ਉਹ ਮਸਰੀ ਨੂੰ ਕਿਤੇ ਸੱਟ ਲੱਗੀ ਹੈ, ਕਿਤੇ ਡਿੱਗ ਪਿਆ, ਕਿਉਂਕਿ ਵਰਕਸ਼ਾਪ ਵੀ ਉੱਥੇ ਸਮਾਨ ਸਮੂਨ ਕਾਫੀ ਪਿਆ ਹੁੰਦਾ ਵਰਕਸ਼ਾਪ ਦੇ ਵਿੱਚ, ਲੋਹੇ ਲਾਏ ਦਾ, ਉੱਥੇ ਡਿੱਗ ਪਿਆ ਵਾ। ਫਿਰ ਇਹਨੂੰ ਮਸਰੀ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਵਾ, ਉੱਥੇ ਕਿਤੇ ਹੋਸਪਿਟਲ ਦੇ ਦਾਖਲ ਰਿਹਾ ਵਾ। ਪੁਲਿਸ ਆਈ ਹੈ, ਪੁਲਿਸ ਵਾਲੇ ਇਹਨਾਂ ਨੂੰ ਫੜ ਕੇ ਰਹਿ ਗਏ, 5 ਨੌਜਵਾਨ ਸੀ ਪੰਜਾਬੀ ਮੁੰਡੇ ਜਿਹਨਾਂ ਨੂੰ ਫੜ ਕੇ ਲਿਖ ਕੇ ਗਏ ਨੇ, ਤੇ ਫਿਰ ਇਹ ਹੈ ਕਿ ਜਦੋਂ ਉਹਦੀ ਮਸਰੀ ਦੀ ਉੱਥੇ ਹੋਸਪਿਟਲ ਦੇ ਅੰਦਰ ਡੈਥ ਹੋ ਗਈ ਆ, ਜਿਹੜੇ 5 ਨੌਜਵਾਨ ਫੜੇ ਇਹਨਾਂ ਵਿੱਚੋਂ 3 ਨੌਜਵਾਨ ਬਰੀ ਹੋ ਗਏ ਨੇ,
ਤੇ ਦੋ ਨੌਜਵਾਨਾਂ ਨੂੰ 5.5 ਸਾਲ ਦੀ ਸਜ਼ਾ ਹੋਈ। ਇਹਨੂੰ ਬਲਵਿੰਦਰ ਸਿੰਘ ਹੈ ਜਿਹੜਾ, ਇਹਨੂੰ ਵੀ 5.5 ਸਾਲ ਦੀ ਸਜ਼ਾ ਹੋਈ। ਇੱਕ ਇਹਦੇ ਨਾਲ ਹੋਰ ਨੌਜਵਾਨ ਸੀ ਜਲੰਧਰ ਦਾ, ਉਹਨੂੰ ਵੀ 5.5 ਸਾਲ ਦੀ ਸਜ਼ਾ ਹੋਈ। ਉਹ ਪਤਾ ਨਹੀਂ ਹੁਣ ਵੀ ਯਾਨੀ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹਨੂੰ ਛੱਡਿਆ ਨਹੀਂ ਗਿਆ, ਹੁਣ ਪਤਾ ਨਹੀਂ ਉਹਦੇ ਕੀ ਹਾਲਾਤ ਨੇ। ਉਹਦੇ ਨਾਲ ਤਾਂ ਸਾਡੀ ਗੱਲਬਾਤ ਕੋਈ ਨਹੀਂ ਹੋ ਗਈ। ਬਲਵਿੰਦਰ ਸਿੰਘ ਦੇ ਘਰ ਅਸੀਂ ਜਾ ਕੇ ਜ਼ਰੂਰ ਆਏ ਹਾਂ ਔਰ ਇਹਨਾਂ ਦੇ ਘਰਦਿਆਂ ਨਾਲ ਗੱਲਬਾਤ ਕੀਤੀ ਹੈ। ਉਹ ਕਹਿੰਦੇ ਕਿ ਇਹਨੂੰ ਉਹਨਾਂ ਨੇ ਸਿਰ ਕਲਮ ਕਰਨ ਦਾ ਵੀ ਯਾਨੀ ਕਿ ਹੁਕਮ ਦਿੱਤਾ ਹੈ, ਅਤੇ ਜਾਂ ਉਹਨਾਂ ਕਿਹਾ ਕਿ ਇਹਦੀ ਜੋ ਬਲੱਡ ਮਨੀ ਉਹ 90 ਲੱਖ ਰੁਪਈਆ ਯਾਨੀ ਕਿ ਉਹਨਾਂ ਮੰਗੀ ਆ, ਜਿਹੜੇ ਉੱਧਰ ਦੇ ਮਸਰ ਦੇ ਯਾਨੀ ਕਿ ਲੋਕ ਆ ਉਹਨਾਂ ਨੇ 90 ਲੱਖ ਰੁਪਈਆ ਮੰਗਿਆ ਉਹਨਾਂ ਦੇ ਘਰਦਿਆਂ ਨੇ। ਮੈਨੂੰ ਇਹ ਦੱਸੋ ਵੀ ਕਿਸ ਤਰ੍ਹਾਂ ਜਿਹੜੇ ਪਰਿਵਾਰ ਦੇ ਹਾਲਾਤ ਕਾਫੀ ਮਾੜੇ ਨੇ, ਇਹ ਪਤਾ ਲੱਗਾ ਵੀ ਉਹਦੇ ਜਿਹੜੇ ਪਿਤਾ ਜੀ ਉਹਦੀ ਡੈਥ ਹੋ ਗਈ ਆ ਤੇ ਜਿਹੜੀ ਮਾਤਾ ਜੀ ਰਹਿ ਗਏ ਨੇ ਪਰਿਵਾਰ 'ਚ, ਕਿਉਂਕਿ ਘਰ 'ਚ ਕਾਫੀ ਗਰੀਬੀ ਹੈ, ਠੀਕ ਹੈ ਨਾ, ਤੇ 90 ਲੱਖ ਕਾਫੀ ਵੱਡੀ ਰਕਮ ਆ ਜਿਹੜੀ ਉਹ ਪਰਿਵਾਰ ਨਹੀਂ ਪੂਰੀ ਕਰ ਸਕਦਾ। ਜਦੋਂ ਇਹਨੂੰ ਵਿਦੇਸ਼ ਭੇਜਿਆ ਸੀ, ਆਪਣੀ ਜ਼ਮੀਨ ਜਾਇਦਾਦ ਸਾਰਾ ਕੁਝ ਗਹਿਣੇ ਕਰ ਰੱਖ ਕੇ ਭੇਜਿਆ ਵਾ, ਫਿਰ ਉਧਰ ਜਦੋਂ ਯਾਨੀ ਕਿ ਕੇਸ ਲੜ ਰਹੇ ਸੀ ਉਹਨਾਂ ਨੇ 1-2 ਲੱਖ ਰੁਪਈਆ ਵੀ ਵਿਆਜੀ ਚੁੱਕ ਕੇ ਭੇਜਿਆ ਵਾ, ਔਰ ਕੁਛ ਪਿੰਡ ਵਾਲਿਆਂ ਦੀ ਮਦਦ ਦੇ ਨਾਲ। ਉਹਨਾਂ ਦੇ ਕੋਲ ਇਸ ਵਕਤ ਕੁਛ ਵੀ ਨਹੀਂ ਹੈਗਾ, ਇੱਥੋਂ ਤੱਕ ਹੈ ਕਿ ਉਹ ਰੋਟੀ ਪਾਣੀ ਨੂੰ ਵੀ ਯਾਨੀ ਕਿ ਬੇਕਾਰ ਹੋਣ ਵਾਲੀ ਗੱਲਾਂ ਹੋ ਗਈਆਂ ਉਹਨਾਂ ਦੀਆਂ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿਉਂਕਿ ਜਦੋਂ ਬੱਚਾ ਮਾਂ ਬਾਪ ਵਿਦੇਸ਼ਾਂ 'ਚ ਭੇਜਦਾ ਨਾ, ਕਾਫੀ ਸੁਪਨੇ ਹੁੰਦੇ ਨੇ ਉਹਨਾਂ ਦੇ, ਕਿਉਂਕਿ ਬੱਚਾ ਜਾ ਕੇ ਵਿਦੇਸ਼ਾਂ ਜਾ ਕੇ ਚੰਗਾ ਨਾਮ ਕਮਾਵੇਗਾ, ਚੰਗਾ ਪੈਸਾ ਕਮਾਵੇਗਾ, ਕਿਉਂਕਿ ਜਦੋਂ ਮਾਂ ਬਾਪ ਭੇਜਦਾ ਵਾ ਕਾਫੀ ਕਰਜ਼ਾ ਚੁੱਕ ਕੇ ਭੇਜਦਾ ਵਾ, ਵਿਆਜੀ ਪੈਸੇ ਲੈ ਕੇ ਚੁੱਕਦਾ, ਕਿਉਂਕਿ ਉਹਨਾਂ ਦਾ ਸੁਪਨਾ ਹੁੰਦਾ ਵੀ ਸ਼ਾਇਦ ਬੱਚਾ ਜਾ ਕੇ ਉੱਥੇ ਚੰਗੀ ਕਮਾਈ ਕਰੇਗਾ ਅਤੇ ਜਿਹੜੇ ਸਾਡੇ ਜਿਹੜੇ ਬੁਢਾਪਾ ਜਿਹੜਾ ਹੁੰਦਾ ਵਾ ਲਾਸਟ ਵੇਲੇ ਦਾ, ਉਹ ਜਿਹੜਾ ਵਾ ਸਾਨੂੰ ਕਾਫੀ ਜਿਹੜਾ ਆਰਾਮ ਮਿਲੇਗਾ। ਗੱਲਬਾਤ ਕਰਨ ਵੀਰ ਜੀ, ਹੋਰ ਕੀ ਦੱਸਿਆ ਤੁਸੀਂ ਉੱਥੇ ਜਾ ਕੇ, ਜਿਵੇਂ ਹਾਲਾਤ ਕਾਫੀ ਬਣਦੇ, ਇਹ ਦੱਸੋ ਸਰਕਾਰਾਂ ਵੱਲੋਂ ਕੋਈ ਮਦਦ ਕੀਤੀ ਗਈ ਆ? ਸਰਕਾਰਾਂ ਵੱਲੋਂ ਭਾਅ ਜੀ ਉਹਨਾਂ ਨਾਲ ਜਾ ਕੇ ਗੱਲਬਾਤ ਜਦੋਂ ਕੀਤੀ ਗਈ, ਉਹਦੇ ਘਰਦਿਆਂ ਨਾਲ ਆ ਕੇ, ਉਹਦਾ ਚਾਚਾ ਜੀ ਦਾ ਬੇਟਾ ਆਇਆ ਜਾਂ ਹੋਰ ਪਿੰਡ ਦੇ ਯਾਨੀ ਕਿ ਮੈਂਬਰ ਪੰਚਾਇਤ ਸੀ ਜਿਹੜੇ, ਜਿਹਨਾਂ ਨਾਲ ਗੱਲਬਾਤ ਕੀਤੀ ਗਈ, ਉਹ ਆਉਂਦੇ ਵੀ ਅਸੀਂ ਮਿਲੇ ਹਾਂ, ਪਰ ਸਾਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲ ਰਹੀ। ਯਾਨੀ ਕਿ ਉੱਧਰ ਦੇ ਕੋਈ MLA ਨਾਲ ਹੋਰ ਵੀ ਜਾ ਕੇ ਉਹਨਾਂ ਕਾਫੀ ਸੰਸਥਾਵਾਂ ਨਾਲ ਗੱਲਬਾਤ ਕੀਤੀ ਹੈ, ਫਿਲਹਾਲ ਹਲੇ ਕੋਈ ਯਾਨੀ ਕਿ ਮਦਦ ਨਹੀਂ ਮਿਲੀ, ਕੋਈ ਵੀ ਪੈਸਾ ਇਕੱਠਾ ਨਹੀਂ ਹੋਇਆ ਵੀ ਯਾਨੀ ਕਿ ਜਿਹੜਾ ਬਲੱਡ ਮਨੀ ਦੇ ਤੌਰ ਤੇ ਉਹਨਾਂ ਨੂੰ ਇਕੱਠਾ ਕਰਕੇ ਤੇ ਉੱਥੇ ਗਵਰਨਮੈਂਟ ਨੂੰ ਯਾਨੀ ਕਿ ਸਾਊਦੀਆ ਗਵਰਨਮੈਂਟ ਨੂੰ ਦੇ ਕੇ ਤੇ ਉਹਨੂੰ ਛੁਡਾ ਕੇ ਬਾਹਰ ਲਿਆ ਜਾਵੇ। ਕੀ ਲੱਗਦਾ ਵੀ ਕੈਪਟਨ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਨੂੰ, ਜਿੱਥੇ ਕਾਫੀ ਅੱਗੇ ਵੀ ਜਿਹੜੇ ਨੌਜਵਾਨ ਜਿਹੜੇ ਸਾਊਦੀ ਅਰਬ ਛਡਾਏ ਗਏ ਨੇ, ਤੇ ਇਹਨਾਂ ਨੂੰ ਇਸ ਲੜਕੇ ਵਾਸਤੇ ਬਲਵਿੰਦਰ ਸਿੰਘ ਵਾਸਤੇ ਵੀ ਕੋਈ ਜਿਹੜੀ ਮੰਗ ਨਹੀਂ ਕਰਨੀ ਚਾਹੀਦੀ ਉਸ ਸੰਸਥਾ ਨੂੰ ਜਾਂ ਕਿਸੇ ਮੈਂਬਰ ਨੂੰ? ਬਿਲਕੁਲ ਭਾਅ ਜੀ ਕਰਨੀ ਚਾਹੀਦੀ ਹੈ। ਇਹ ਤਾਂ ਵੇਖੋ ਨਾ ਹੁਣ ਕਿਸੇ ਵੀ ਦੇਸ਼ ਦਾ ਤੁਸੀਂ ਲਾ ਲਓ ਕਾਨੂੰਨ ਵੀ ਯਾਨੀ ਕਿ ਆਪਣੇ ਬਲੱਡ ਮਨੀ ਤੇ ਦੇਣ ਨੂੰ ਤਿਆਰ ਹੋ ਸਕਦਾ ਮੇਰੇ ਹਿਸਾਬ ਨਾਲ ਭਾਅ ਜੀ, ਕਿਉਂਕਿ ਇਹ ਇੰਡੀਆ ਹੀ ਨਹੀਂ ਐਸੀ ਕੰਟਰੀ ਵੀ ਯਾਨੀ ਕਿ ਜਿਹਨੂੰ ਵੀ ਯਾਨੀ ਕਿ ਆਪਣੇ ਲੋਕਾਂ ਦੀ ਬਹੁਤ ਜ਼ਿਆਦਾ ਯਾਨੀ ਕਿ ਵੀ ਨਾ ਪ੍ਰਵਾਹ ਹੋਣ ਵਾਲੀ ਗੱਲ ਹੈ, ਲਾਪਰਵਾਹ ਨੇ ਯਾਰ ਇੱਥੋਂ ਦਾ ਯਾਨੀ ਕਿ ਜਿੱਦਾਂ ਕਾਨੂੰਨ ਲਾ ਲਓ, ਬਾਕੀ ਆਪਣੀ ਪੋਲੀਟੀਸ਼ੀਅਨ ਲਾ ਲਓ, ਜਿੱਥੋਂ ਵੀ ਕੁਛ ਵੀ ਉਹਨਾਂ ਦੀ ਮਦਦ ਨਹੀਂ ਕਰ ਰਹੇ। ਇਹਨਾਂ ਨੂੰ ਚਾਹੀਦੀ ਹੈ ਕਿ ਵੱਧ ਚੜ੍ਹ ਕੇ ਅੱਗੇ ਆਣਗੇ, ਯਾਨੀ ਕਿ ਬਲੱਡ ਮਨੀ ਦੇ ਕੇ ਆਪਣਾ ਬੰਦਾ ਉੱਥੋਂ ਲਿਆ ਕੇ ਦੇਣਾ ਚਾਹੀਦਾ, ਬਾਕੀ ਜੋ ਉਸ ਘਰ ਦੇ ਹਾਲਾਤ ਵੇਖੀਏ ਭਾਅ ਜੀ, ਉਹਦੇ ਹਿਸਾਬ ਨਾਲ ਤਾਂ ਵੇਖ ਕੇ ਰੋਣਾ ਹੀ ਹੁੰਦਾ ਭਾਅ ਜੀ। ਇਸ ਯੁੱਗ ਨੌਜਵਾਨ ਜਿਹੜੇ ਕਿ ਉਸ ਪਰਿਵਾਰ ਨੂੰ ਜਾ ਕੇ ਮਿਲ ਕੇ ਆਇਆ ਤੇ ਕਾਫੀ ਜਿਹੜੇ ਹਾਲਾਤ ਕਾਫੀ ਪਰਿਵਾਰ ਦੇ ਮਾੜੇ ਨੇ, ਸਾਡੀ ਸਰਕਾਰਾਂ ਗਾੜੀ ਮੰਗ ਆ, ਖਾਸ ਕਰਕੇ ਜਿਹੜੇ ਉੱਥੋਂ ਦੇ ਜਿਹੜੇ ਹੈਗੇ ਵਿਧਾਇਕ ਹੈ ਜਿਹੜੇ ਹੈਗੇ ਭਗਵੰਤ ਮਾਨ ਜੀ, ਉਹਨਾਂ ਨੂੰ ਵਿਧਾਇਕ ਮੰਗ ਆ ਕਿ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ, ਕਿਉਂਕਿ ਜਿੱਥੇ ਭਗਵੰਤ ਮਾਨ ਵੱਲੋਂ ਜਿਹੜੇ ਅੱਗੇ ਵੀ ਜਿਹੜੇ ਕਾਫੀ ਜਿਹੜੇ ਨੌਜਵਾਨ ਆ ਸਾਊਦੀ ਅਰਬ 'ਚ ਜਾਂ ਜਿੱਥੇ ਛਡਾਏ ਗਏ ਨੇ, ਉਸ ਪਰਿਵਾਰਾਂ ਨੂੰ ਮਿਲਾਏ ਗਏ ਨੇ, ਕਿਉਂਕਿ ਮਾਂ ਦਾ ਜਿਹੜਾ ਹੁੰਦਾ ਉਹ ਮਾਂ ਦਾ ਕਾਫੀ ਬੁਰਾ ਰੋ ਰੋ ਕੇ ਬੁਰਾ ਹਾਲ ਹੈ। ਤੁਸੀਂ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਕਿਸ ਤਰ੍ਹਾਂ ਮਾਂ ਦਾ ਬੁਰਾ ਹਾਲ ਹੋ ਰਿਹਾ ਹੈ, ਕਿਉਂਕਿ ਉਸ ਮਾਂ ਦਾ ਜਿਹੜਾ ਜਿਗਰ ਦਾ ਟੁਕੜਾ ਵਾ 12 ਸਾਲ ਤੋਂ ਜਿਹੜਾ ਗਿਆ ਵਾ ਅਤੇ 7 ਸਾਲ ਤੋਂ ਜਿਹੜਾ ਸਾਊਦੀ ਅਰਬ ਦੀ ਜੇਲ੍ਹ ਵਿੱਚ ਆ। ਗੱਲਬਾਤ ਕਰ ਲੈਣੇ ਸਾਡੇ ਨਾਲ ਉਹ ਵੀ ਜਿਹੜੇ ਸੰਸਥਾ ਮੈਂਬਰ ਨੇ। ਹਾਂਜੀ ਵੀਰ ਜੀ, ਕੀ ਨਾਮ ਤੁਹਾਡਾ ਅਤੇ ਸੰਸਥਾ ਕੀ ਨਾਮ? ਲਵੀ ਸ਼ਰਮਾ ਨਾਮ ਜੀ, ਅਤੇ ਸੰਸਥਾ ਲੋਕ ਭਲਾਈ ਸੇਵਾ ਸੰਸਥਾ ਜੀ। ਹਾਂਜੀ, ਅਤੇ ਕੱਲ੍ਹ ਤੁਸੀਂ ਜੀ ਕਿਸ ਕੰਮ ਗਏ? ਕੱਲ੍ਹ ਅਸੀਂ ਗਏ ਸੀ ਉਹਨਾਂ ਦੇ ਯੂਟਿਊਬ 'ਤੇ ਖਬਰ ਵੇਖੀ ਸੀ, ਬਲਵਿੰਦਰ ਸਿੰਘ ਦੇ ਨਾਮ ਦਾ ਲੜਕਾ, ਇੱਕ ਸਿਰ ਕਲਮ ਨਾਂ ਦੀ ਖਬਰ ਆਈ ਸੀ, 90 ਲੱਖ ਬਲੱਡ ਮਨੀ ਮੰਗੀ ਉਹਨਾਂ ਕੋਲ, ਉਹ ਦੇਖ ਕੇ ਮੈਂ ਆਪਣੇ ਵੀਰਾਂ ਸਾਰਿਆਂ ਸਲਾਹ ਕੀਤੀ ਸਾਨੂੰ ਇੱਕ ਵਾਰ ਜਾਣਾ ਚਾਹੀਦਾ ਉੱਥੇ। ਹਾਂਜੀ, ਹੈਲਪ ਉਹਨਾਂ ਨੂੰ ਦਿਲਾਸਾ ਦੇ ਕੇ ਆਏ ਹਾਂ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਤੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਚਾਹੇ ਤਾਂ ਆਪਣੇ ਬਲਵਿੰਦਰ ਸਿੰਘ ਨੂੰ ਉੱਥੋਂ ਫ੍ਰੀ ਕੱਢ ਕੇ ਵੀ ਲਿਆ ਸਕਦੀ ਹੈ ਜੇ ਉਹ ਸਰਕਾਰ ਨਾਲ ਗੱਲ ਕਰੇ ਤੇ ਸਾਊਦੀ ਅਰਬ ਦੀ। ਬਸ ਇਹੋ ਗੱਲ ਕਹਿਣਾ ਚਾਹੁੰਦੇ ਹਾਂ ਕਿ
ਇੱਕ ਮਾਂ ਦਾ ਪੁੱਤ ਉਹਦੇ ਨਾਲ ਮਿਲਾਇਆ ਜਾਵੇ, ਮਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਮਾੜੀ ਹੈਗੀ ਆ। ਜਦੋਂ ਅਸੀਂ ਮਿਲੇ ਮਾਤਾ ਰੋਈ ਜਾ ਰਹੀ ਸੀ, ਸੜਕੋਂ ਤਾਂ ਵੇਖਿਆ ਵੀ ਨਹੀਂ ਜਾ ਰਿਹਾ ਸੀ, ਪਰ ਫਿਰ ਵੀ ਅਸੀਂ ਇੱਕ ਭਗਵੰਤ ਮਾਨ ਜੀ ਨੂੰ ਉੱਥੋਂ ਦੇ ਵਿਧਾਇਕ ਹੈਗੇ ਰਾਜਾ ਵੜਿੰਗ ਜੀ, ਉਹ ਵੀ ਕੁਛ ਕਰ ਸਕਦੇ ਨੇ, ਕੈਪਟਨ ਅਮਰਿੰਦਰ ਸਿੰਘ ਜੀ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਕਿ ਇੱਕ 12 ਸਾਲ ਤੋਂ ਵਿਛੜਿਆ ਹੋਇਆ ਉਹਨਾਂ ਦਾ ਮੁੰਡਾ ਉਹਨਾਂ ਦੇ ਘਰ ਆ ਸਕੇ, ਇੱਕ ਮਾਂ ਦੇ ਕਲੇਜੇ ਠੰਡ ਪੈ ਸਕੇ। ਕੀ ਲੱਗਦਾ ਵੀ ਜਿਵੇਂ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਘਰੀ ਆ, ਵਿਦੇਸ਼ਾਂ ਨੂੰ ਜਾਈ ਜਾ ਰਹੀ ਆ, ਤੇ ਕਿਤੇ ਕਿਤੇ ਮੁਸ਼ਕਿਲ ਆਉਂਦੀ ਵਿਦੇਸ਼ਾਂ ਜਾ ਕੇ ਇਹੋ ਜਿਹੀਆਂ ਜਦੋਂ ਪਛਾੜੀਆਂ ਆਉਂਦੀਆਂ ਨੇ, ਕੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ, ਸੁਨੇਹਾ ਕੀ ਦੇਣਾ ਚਾਹੁੰਦੇ? ਸੁਨੇਹਾ ਭਾਈ ਇਹੋ ਦੇਣਾ ਚਾਹੁੰਦੇ ਹਾਂ, ਇੱਕ ਤਾਂ ਨਸ਼ਿਆਂ ਤੋਂ ਦੂਰ ਰਹੋ, ਕਿਉਂਕਿ ਇੱਥੇ ਪੰਜਾਬ 'ਚ ਨਸ਼ਾ ਬਹੁਤ ਹੀ ਜ਼ਿਆਦਾ ਵੱਧ ਚੁੱਕਿਆ ਹੈ, ਜਿਸ ਤੋਂ ਅਸੀਂ ਨਸ਼ੇ ਤੋਂ ਬਚਣ ਲਈ ਅਸੀਂ ਬਾਹਰ ਜਾਂਦੇ ਹਾਂ, ਪਰ ਬਾਹਰ ਜਾ ਕੇ ਅਸੀਂ ਫਿਰ ਫਸ ਜਾਂਦੇ ਹਾਂ, ਪਰ ਇੱਥੇ ਸਾਡੀ ਸਰਕਾਰਾਂ ਹੀ ਬਾਂਹ ਫੜਨੀ ਹੈ, ਤਾਂ ਫਿਰ ਇਹ ਬਲਵਿੰਦਰ ਸਿੰਘ ਆਪਣੇ ਘਰ ਲੋਟ ਸਕਦਾ, ਉਦੋਂ ਵਾਪਸ ਨਹੀਂ ਆਏ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਜੀ? ਅਸੀਂ ਜੀ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ, ਇਸ ਗਰੀਬ ਪਰਿਵਾਰ ਨੇ ਆਪਣੀ ਜ਼ਮੀਨ ਗਹਿਣੇ ਪਾ ਕੇ ਆਪਣੇ ਬੇਟੇ ਨੂੰ ਬਾਹਰ ਸਾਊਦੀ ਅਰਬ 'ਚ ਭੇਜਿਆ ਸੀਗਾ, ਜਿਹੜਾ ਕਿ ਆਪਣੇ ਪਿਛਲੇ 6 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈ। ਅੱਛਾ ਜੀ। ਅਤੇ ਉਹਨਾਂ ਨੂੰ ਹੁਣ ਹੁਕਮ ਸੁਣਾਇਆ ਗਿਆ ਫਾਹੇ ਦਾ, ਅਤੇ ਅਸੀਂ ਮੰਗ ਸਰਕਾਰ ਤੋਂ ਇਹੀ ਕਰਦੇ ਹਾਂ ਕਿ ਸਰਕਾਰ ਔਰ ਹੋਰ ਸੰਸਥਾਵਾਂ ਜਿਹੜੀਆਂ ਉਹ ਇਹਨਾਂ ਦਾ ਬੇਟਾ ਵਾਪਸ ਭੇਜਿਆ ਜਾਵੇ ਇੱਧਰ, ਉਹ ਆਪਣੇ ਪਿਓ ਦੇ ਭੋਗ 'ਤੇ ਵੀ ਨਹੀਂ ਆ ਸਕਿਆ ਹੈਗਾ। ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਚਾਹੀਦਾ ਵੀ ਵਿਦੇਸ਼ਾਂ ਵੱਲ ਰੁੱਖ ਨਾ ਕਰੇ, ਕਿਉਂਕਿ ਇੱਥੋਂ ਦੇ ਜਿਹੜਾ ਕਾਰੋਬਾਰ ਇੱਥੋਂ ਕਰੇ ਅਤੇ ਪਰਿਵਾਰ ਦੇ ਵਿੱਚ ਰਹੇ, ਕਿਉਂਕਿ ਇੱਥੇ ਦੱਸਿਆ ਗਿਆ ਵੀ ਇੱਥੋਂ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਵੱਲ ਤੁਰੀ ਜਾਂਦੀ ਹੈ, ਉਸ ਦੇ ਨਾਲ ਨਾਲ ਜਿਹੜਾ ਪੰਜਾਬ ਦਾ ਜਿਹੜਾ ਕਾਫੀ ਨਾਮ ਜਿਹੜਾ ਖਰਾਬ ਹੋ ਰਿਹਾ ਹੈ। ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੈਨਲ ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ।